ਸ਼ਖਸੀਅਤ ਬੈਠੇ ਨੇ ਜਨਾਬ, ਬੜੇ ਅੱਛੇ ਇਨਸਾਨ ਜੀ ਅਤੇ ਬੜੇ ਅੱਛੇ ਸ਼ਿਕਾਰੀ ਅਤੇ ਅਜ਼ਮਤ ਚੱਠਾ ਸਾਹਿਬ ਜੀ ਸ਼ਿਕਾਰੀ ਭਰਾ ਜਾਣ ਲਈ ਆਉਣਗੇ ਇਹਨਾਂ ਨੂੰ। ਅਗੋਂ ਬਈ ਇਹਨੂੰ ਖਟਾਓ ਹਜ਼ਰਾ ਸ਼ੇਰ ਨੂੰ ਨਕਲੇ ਬਣਾਈ ਇਹ ਹੁਣ ਕਿੰਨੀ ਉਮਰ ਚ ਹੋ ਗਿਆ ਜੀ ਉਹ ਕਿੰਨਾ ਸਾਲਾਂ ਦਾ ਹੋ ਗਿਆ ਜੀ ਅਤੇ ਨਾ ਇਹਦਾ ਜਨਾਬ ਟਾਰਜ਼ਨ ਵੀਡੀਓ ਮੈਂ ਦੀਆਂ ਗਾਏ ਬਗਾਏ ਪਾਉਂਦਾ ਰਹਿਣਾ ਜੀ ਅਤੇ ਆਪਣਾ ਜਾਨਵਰ ਹੈ ਇਹ ਜਨਾਬ ਅਜ਼ਮਤ ਚੱਠਾ ਸਾਹਿਬ ਜੀ ਬਰਾਬਰ ਹੋਇਆ ਇਸ ਦਫ਼ਾ ਜੀ ਇੱਕ ਮੈਚ ਲੜਿਆ ਪੱਠਾ ਲਈ ਉਹਨੂੰ ਉਮਰ 'ਚ ਹੋਇਆ ਉੱਤੇ ਆਉਣ ਜੇ ਹੁਣ ਕੱਪੜੇ ਲੱਗੇ ਭਰ ਲਿਓ ਹੈ ਤਾਂ ਮਿਲ ਕੱਢੀ ਅਸੀਂ ਆਹੋ ਇਹ ਤਾਂ ਮੂੰਹ ਇੰਨੇ ਜੀ ਰੱਖਣ ਦੇ ਉੱਤੇ ਜਿਹੜਾ ਟਾਈਟਲ ਨੇ ਨਾ ਉਹ ਬਣਾਵਾਂਗੇ ਇਹਦਾ ਇਹ ਤਾਂ ਜੱਫੇ ਮਾਰਦਾ ਯਾਰ ਆਮ ਦਮਾ ਤਾਂ ਇਹ ਤੇਰ ਤੋਂ ਬਗੈਰ ਤੇ ਇੱਦਾਂ ਹੀ ਵੇਖੀ ਫੜ ਕੇ ਫਿਰ ਦੇ ਵਾਹ ਜੀ ਵਾਹ ਟਾਰਜ਼ਨ ਜੀ ਬੜਾ ਫੇਮਸ ਜਾਨਵਰ ਜੀ ਬਲੱਡ ਲਾਈਨ ਕਿਹੜੀ ਹੈ ਜ਼ਰਾ ਦੱਸੋ ਦੁਬਾਰਾ ਸ਼ਾਹਜ਼ੇ ਬਾਜਵਾ ਸਾਹਿਬ ਜੀ ਪਾਕ ਸ਼ਹੀਨ ਗਰੁੱਪ ਦੇ ਸੀਨੀਅਰ ਸ਼ਿਕਾਰੀ ਜਨਾਬ ਉਹਨਾਂ ਵਾਲੇ ਹਲਚਲ ਦਾ ਹੈ ਬੱਚਾ ਜੀ ਹਲਚਲ ਨੂੰ ਸਾਰੀ ਦੁਨੀਆ ਜਾਣਦੀ ਹੈ ਜੀ ਜਿਹੜੇ ਸ਼ਿਕਾਰੀ ਭਰਾ ਨੇ ਪਾਕਿਸਤਾਨ 'ਚ ਕੋਈ 7 ਮੈਚ ਵੀ ਨਾ ਰਿਹਾ 8 ਮੈਚ ਅਤੇ ਹੁਣ ਉਹ ਵੀ ਰਿਟਾਇਰ ਹੋ ਗਿਆ ਨਾ ਲਓ ਜੀ ਇਹ ਤੋਂ ਵੇਖੋ ਐ ਇੱਥੇ ਕਮਾਲ ਐਕਟਿਵ ਜਾਨਵਰ ਜੀ ਜਾਨਵਰ ਪਸੰਦ ਆਵੇ ਜੀ ਅਤੇ ਇਹਨਾਂ ਦਾ ਸ਼ੌਕ ਸ਼ਿਕਾਰ ਪਸੰਦ ਆਵੇ ਕਮੈਂਟਸ 'ਤੇ ਜ਼ਰੂਰ ਸਾਨੂੰ ਦੱਸਿਓ ਜੀ ਅਜ਼ਮਤ ਚੱਠਾ ਸਾਹਿਬ ਜੀ ਬੁਰਜ ਚੱਠਾ ਬੁਰਜ ਤਾਸ਼ਾ ਬੁਰਜ ਤਾਸ਼ਾ ਜੀ ਅਲੀਪੁਰ ਚੱਠਾ ਨਹੀਂ ਚੱਠਾ ਹੈ ਨਾ ਬੁਰਜ ਚੱਠਾ ਹੀ ਪਿੰਡ ਦਾ ਨਾਂ ਤਾਂ ਹੀ ਨਾ ਕਮਾਲ ਜਾਨਵਰ ਜੀ ਇੱਧਰ ਤੱਕੋ ਇਹ ਵੀ ਸਟਾਈਲ ਠੀਕ ਹੈ ਇਹ ਇੰਝ ਹੀ ਰਹਿੰਦਾ ਐਕਟਿਵ ਜੀ ਚੌਵੀ ਘੰਟੇ ਸਰਵਰ ਟੱਪਣੀਆਂ ਕਿੰਨੀਆਂ ਕੁ ਹੋ ਗਈਆਂ ਵੈਸੇ ਸਹੀ ਹੈ ਅਗਲੇ ਸੀਜ਼ਨ ਦਾ ਕੀ ਪ੍ਰੋਗਰਾਮ ਇਹਦਾ ਉਮਰ ਵੀ ਪੂਰੀ ਹੋ ਗਈ ਨਾ ਹੁਣ 3 ਸਾਲ ਹੋ ਗਿਆ ਨਾ ਚੰਗੇ ਕੁੱਤੇ ਦਾ ਜਿਹੜਾ ਕੁੱਤਾ ਮਾਰ ਵੀ ਖਾਵੇ ਕਾਰਡ ਕੱਢ ਜੇ ਨਾ ਉਹ ਕੁੱਤੇ ਦੇ 5 ਮਿੰਟ ਕੁੱਤਾ ਕੋਈ ਕੱਢਦਾ ਇਹ ਕੁੱਤਾ ਪੱਠਾ ਹੋ ਕੇ ਜਿਹੜਾ ਨਾ ਇਸਨੇ ਉਹਦੇ ਨਾਲ ਕਾਰਡ ਕੱਢੀਏ ਕਿੰਨੇ ਮਿੰਟ ਲੜੇ ਸਨ 15 ਮਿੰਟ 29 ਸਕਿੰਟ।